ਪਿਛਲੇ ਸਮੇਂ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵੀਡੀਓ, ਜਿਸ 'ਚ ਮੰਤਰੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਲਈ ਵਰਤੀ ਗਈ ਘਟੀਆ ਸ਼ਬਦਾਵਲੀ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕੈਬਨਿਟ ਮੰਤਰੀ 'ਤੇ ਮਾਮਲਾ ਦਰਜ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਨੂੰ ਮੰਗ ਪੱਤਰ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਲਈ ਵਰਤੀ ਗਈ ਸ਼ਬਦਾਵਲੀ ਨਾ ਸਹਿਣਯੋਗ ਹੈ। ਉਹਨਾਂ ਕਿਹਾ ਕਿ ਮੰਤਰੀ ਵੱਲੋਂ ਵਰਤੇ ਗਏ ਲਫ਼ਜ਼ਾਂ ਨਾਲ ਸਮੁੱਚੀ ਸਿੱਖ ਕੌਮ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਮੰਗ ਕੀਤੀ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਜਾਵੇ। ਅੱਜ ਕੁਝ ਦਿਨ ਪਹਿਲਾਂ ਕਾਂਗਰਸ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਥੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਖਿਲਾਫ਼ ਭੱਦੇ ਸ਼ਬਦ ਬੋਲੇ ਆ, ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਜੋ ਫੋਟੋ ਦੀ ਤੁਲਨਾ ਵੀ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਕੀਤੀ ਆ, ਜੋ ਕਿ ਬਹੁਤ ਹੀ ਘਟੀਆ ਅਤੇ ਨਿੰਦਣਯੋਗ ਜੋ ਕਾਰਵਾਈ ਉਹਨਾਂ ਨੇ ਕੀਤੀ ਆ, ਉਹਦੇ ਖਿਲਾਫ਼ ਅਸੀਂ ਸਮੁੱਚੀ ਜਥੇਬੰਦੀ ਅੱਜ SSP ਹੁਸ਼ਿਆਰਪੁਰ ਨੂੰ ਮੈਮੋਰੈਂਡਮ ਦੇ ਰਹੇ ਹਾਂ ਕਿ ਉਹਨਾਂ ਦੇ ਖਿਲਾਫ਼ 245 ਅਤੇ 120 ਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ, ਕਿਉਂਕਿ ਇਹੋ ਜਿਹਾ ਜੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਖਿਲਾਫ਼ ਇਹੋ ਜਿਹੇ ਭੱਦੇ ਸ਼ਬਦ ਬੋਲੇ ਗਏ ਆ ਕਿ ਮੈਂ ਸਮਝਦਾ ਕਿ ਇਹ ਮਖੌਟਾ ਸਿੱਖੀ ਸਰੂਪ ਦਾ ਪਾਇਆ ਆ, ਪਰ ਸਿੱਖੀ ਦੀ ਮੈਂ ਕਹਿੰਦਾ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਰੱਤ ਵੀ ਨਹੀਂ ਹੈ ਇਹਦੇ। ਇਸ ਕਰਕੇ ਅੱਜ ਸਾਰੀ ਜਥੇਬੰਦੀ ਅੱਜ SSP ਸਾਹਿਬ ਨੂੰ ਮੈਮੋਰੈਂਡਮ ਦੇ ਰਹੀ। ਅੱਜ ਸਮੁੱਚੀ ਜ਼ਿਲ੍ਹਾ ਜਥੇਬੰਦੀ ਵੱਲੋਂ ਜੋ ਪਿਛਲੇ ਕੁਝ ਰੋਜ਼ ਪਹਿਲਾਂ ਮੀਡੀਆ ਰਾਹੀਂ ਇੱਕ ਵੀਡੀਓ ਵਾਇਰਲ ਹੋਈ ਸੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ, ਜਿਹਦੇ ਵਿੱਚ ਬਿਲਕੁਲ ਸਾਫ਼ ਇਹ ਦੱਸ ਰਿਹਾ ਸੀ ਕਿ ਰੰਧਾਵਾ ਅਤੇ ਉਹਦੇ ਕੁਝ ਸਾਥੀ ਜਿਹੜੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਜੋ ਮੌਜੂਦਾ ਮੁੱਖ ਮੰਤਰੀ ਕੈਪਟਨ ਦੇ ਨਾਲ ਕਰ ਰਿਹਾ ਸੀ, ਔਰ ਇਕੱਲੀ ਤੁਲਨਾ ਨਹੀਂ ਕੀਤੀ ਇਹਦੇ, ਉਹਨੂੰ ਮਜ਼ਾਕ ਦੇ ਵਿੱਚ ਲਿਆ, ਬੜਾ ਠੱਠਾ ਮਜ਼ਾਕ ਵੀ ਕੀਤਾ, ਜਿਹਦੇ ਸਮੁੱਚੇ ਸਿੱਖ ਜਗਤ ਦੇ ਹਿਰਦੇ ਬਲੂੰਦਰੇ ਗਏ ਆ। ਅੱਜ ਪੂਰਾ ਸਿੱਖ ਜਗਤ ਜਿਹੜਾ ਇਸ ਗੱਲ ਦੀ ਮੰਗ ਕਰ ਰਿਹਾ ਕਿ ਇਹੋ ਜਿਹੇ ਜਿਹੜੇ ਬੰਦੇ ਜਿਹੜੇ ਹੈ ਉਹ ਚੌਧਿਆਂ ਉੱਪਰ ਬੈਠ ਕੇ ਵੀ ਇਹੋ ਜਿਹੀ ਸਿੱਖੀ ਦੀ ਜਾਂ ਗੁਰੂ ਨਾਨਕ ਦੇਵ ਜੀ ਦੇ ਖਿਲਾਫ਼ ਅਪਸ਼ਬਦ ਜਿਹਨਾਂ ਨੇ ਬੋਲੇ ਆ ਉਹਨਾਂ ਦੇ ਖਿਲਾਫ਼ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ। ਅਸੀਂ ਜ਼ਿਲ੍ਹਾ ਜਥੇਬੰਦੀ ਵੱਲੋਂ ਅੱਜ SSP ਹੁਸ਼ਿਆਰਪੁਰ ਨੂੰ ਇਹ ਐਪਲੀਕੇਸ਼ਨ ਜਿਹੜੀ ਆ ਮੈਮੋਰੈਂਡਮ ਦੇ ਰੂਪ ਵਿੱਚ ਦੇਣ ਜਾ ਰਹੇ ਹਾਂ, ਉਹਦੇ ਵਿੱਚ ਮੰਗ ਕਰ ਰਹੇ ਹਾਂ ਕਿ ਜੋ 295 ਏ ਔਰ 120 ਦੇ ਤਹਿਤ ਤੁਰੰਤ ਉਹ 'ਤੇ ਪਰਚਾ ਦਰਜ ਕੀਤਾ ਜਾਵੇ ਅਤੇ ਲੋੜੀਂਦੀ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ। ਇਹ ਸਾਡੀ ਪੁਰਜ਼ੋਰ ਜਿਹੜੀ ਮੰਗ ਆ। ਅੱਜ ਹੁਸ਼ਿਆਰਪੁਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਸੰਪੂਰਨ ਜਥੇਬੰਦੀ ਵੱਲੋਂ SSP ਸਾਹਿਬ ਨੂੰ ਇੱਕ ਮੈਮੋਰੈਂਡਮ ਦਿੱਤਾ ਗਿਆ ਜੋ ਕਿ ਪਿਛਲੇ ਸਮੇਂ ਦੇ ਵਿੱਚ ਕੈਬਨਿਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਵੱਲੋਂ ਜੋ ਆਪਣੇ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਹੀ ਟਿੱਪਣੀ ਕੀਤੀ ਗਈ ਹੈ ਉਹਦੇ ਲਈ ਪਰਚਾ ਦਰਜ ਕਰਨ ਦੇ ਲਈ, ਅਤੇ ਕਿਉਂਕਿ ਇੱਕ ਉੱਚ ਅਹੁਦੇ 'ਤੇ ਬੈਠਾ ਹੈ ਕੈਬਨਿਟ ਮੰਤਰੀ, ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੀ 550 ਵਰ੍ਹੇਗੰਢ ਹੋ ਗਿਆ ਜਗਤ ਗੁਰੂ ਨੇ, ਉਹਨਾਂ ਬਾਰੇ ਇਹੋ ਜਿਹੀ ਕੁਝ ਹੀ ਜੇ ਮਜ਼ਾਕ ਕਰਦਾ ਹੈ ਅਤੇ ਉਹ ਸਿੱਖ ਪੰਥ ਨੂੰ ਬਹੁਤ ਉਹਦੇ ਨਾਲ ਠੇਸ ਪਹੁੰਚੀ ਆ। ਇਹ ਬਹੁਤ ਨਿੰਦਣਯੋਗ ਜਿਹੜੀ ਘਟਨਾ ਹੋਈ ਹੈ, ਅਤੇ ਖਾਸ ਕਰ ਉਹ ਲੋਕ ਜਿਹੜੇ ਹੋਰ ਲੋਕਾਂ ਦੇ ਬਹੁਤ ਗੱਲਾਂ ਕਰਦੇ ਨੇ, ਬੇਅਦਬੀਆਂ ਦੀਆਂ ਗੱਲਾਂ ਕਰਦੇ ਨੇ, ਅਤੇ ਉਹ ਇਸ ਤੋਂ ਵੱਡੀ ਬੇਅਦਬੀ ਜਿਹੜੀ ਹੈ ਉਹ ਹੋ ਨਹੀਂ ਸਕਦੀ ਕਿ ਗੁਰੂ ਨਾਨਕ ਦੇਵ ਜੀ ਬਾਰੇ ਇਹੋ ਜਿਹੇ ਕੁਝ ਸ਼ਬਦ, ਆਪਣੇ ਮੁੱਖ ਮੰਤਰੀ ਲਈ ਇਹੋ ਜਿਹੇ ਕੁਝ ਸ਼ਬਦ। ਇਸ ਕਰਕੇ
ਇਹ ਪਰਚਾ ਜਿਹੜਾ ਹੈ ਜ਼ਰੂਰ ਦਰਜ ਹੋਣਾ ਚਾਹੀਦਾ ਅਤੇ ਜਿਹੜੇ ਬਖੋਟੇ ਪਾਏ ਹੋਏ ਲੋਕ ਆ ਜਿਹੜੇ ਇਹ ਜ਼ਰੂਰ ਆ ਕਿ ਅੱਗੇ ਤੋਂ ਹੋਰ ਕੋਈ ਵੀ ਗੁਰੂ ਨਾਨਕ ਦੇਵ ਜੀ ਬਾਰੇ, ਸਿੱਖ ਧਰਮ ਬਾਰੇ, ਗੁਰੂਆਂ ਬਾਰੇ ਕੋਈ ਵੀ ਇਹੋ ਜਿਹੇ ਸ਼ਬਦ ਜਿਹੜੇ ਉਹ ਨਾ ਵਰਤ ਸਕੇ।